ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਪਿੰਡ ਲਾਧੂਕਾ ਜੋ ਬਲਾਕ ਜਲਾਲਾਬਾਦ ਔਰ ਹਲਕਾ ਵਿਧਾਨ ਸਭਾ ਹਲਕਾ ਫਾਜ਼ਿਲਕਾ ਦੇ ਵਿੱਚ ਪੈਂਦਾ ਹੈ, ਉਸ ਤੋਂ ਅਲੱਗ ਹੋ ਕੇ ਅੱਚਾ ਡਿੱਕੀ ਜਿਹੜੀ ਪੰਚਾਇਤ ਬਣੀ ਸੀ, ਔਰ ਉਸ ਦੋਨਾਂ ਲਾਧੂਕਾ ਔਰ ਅੱਚਾ ਡਿੱਕੀ ਦੀ ਜਿਹੜੀ ਨਵੀਂ ਵਾਰਡਬੰਦੀ ਦੀ ਨੋਟੀਫਿਕੇਸ਼ਨ ਨਾ ਹੋਣ ਕਾਰਨ ਇੱਥੇ ਜਿਹੜਾ ਇਲੈਕਸ਼ਨ ਹੈ ਪੰਚਾਇਤ ਦਾ ਨਹੀਂ ਹੋ ਰਿਹਾ, ਤਾਂ ਉਸ ਕਾਰਨ ਅੱਜ ਅਸੀਂ ਡੀਸੀ ਫਾਜ਼ਿਲਕਾ ਨੇ ਜਿਹੜੇ ਸਾਡੇ ਸਾਰੇ ਪਿੰਡ ਵਾਸੀਆਂ ਦੇ ਨਾਲ ਅਸੀਂ ਉੱਥੇ ਆਏ ਸੀ ਔਰ DDPO ਸਾਹਿਬ ਉੱਥੇ ਸੀਗੇ, ਤਾਂ ਉੱਥੇ ਇਹੀ ਹੈ ਕਿ ਜਿਹੜਾ ਇਲੈਕਸ਼ਨ ਹੁਣ ਹੋਣ ਜਾ ਰਿਹਾ ਪੰਚਾਇਤ ਦਾ, ਇਹ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਇਹਨਾਂ ਦੋਨਾਂ ਪਿੰਡਾਂ ਦੀ ਜਿਹੜੀ ਨਵੀਂ ਵਾਰਡਬੰਦੀ ਦੀ ਨੋਟੀਫਿਕੇਸ਼ਨ, ਜਿੱਦਾਂ ਕਿ DDPO ਸਾਹਿਬ ਨੇ ਦੱਸਿਆ ਕਿ ਇਹਨਾਂ ਦੇ ਡਿਪਾਰਟਮੈਂਟ ਵੱਲੋਂ ਦੁਬਾਰਾ ਜਿਹੜੀ ਨਵੀਂ ਨੋਟੀਫਿਕੇਸ਼ਨ ਵਾਰਡਬੰਦੀ ਦੀ ਉਹ ਕੀਤੀ ਜਾਊਗੀ, ਉਸ ਤੋਂ ਬਾਅਦ ਜਿਹੜਾ ਇਹ ਇਲੈਕਸ਼ਨ ਦਾ ਪ੍ਰੋਸੈਸ ਹੈ ਦੁਬਾਰਾ ਸ਼ੁਰੂ ਹੋਊਗਾ, ਫਿਰ ਦੁਬਾਰਾ ਤੋਂ ਜਿਹੜਾ ਕਹਿ ਦਈਏ ਇਸ ਵਾਰੀ ਇਲੈਕਸ਼ਨ ਨਹੀਂ ਹੋ ਰਿਹਾ, ਇਹ ਇਲੈਕਸ਼ਨ ਥੋੜ੍ਹਾ ਜਿਹਾ ਲੇਟ ਹੋਏਗਾ। ਕਮੀ ਕਿੱਥੇ ਰਹਿ ਗਈ ਜੀ, ਕਾਰਨ ਕੀ ਰਹਿ ਗਿਆ ਕਿ ਅਗਾਂਹ ਪਿਛਾਂਹ ਮਤਲਬ ਕਿ ਇਹਨਾਂ ਦਾ ਇਲੈਕਸ਼ਨ ਨਹੀਂ ਹੋ ਰਿਹਾ, ਕਮੀ ਰਹਿ ਗਈ? ਦੇਖੋ ਇਹਦੇ ਵਿੱਚ ਕਮੀ ਤਾਂ ਮੈਨੂੰ ਇਸ ਬਾਰੇ ਤਾਂ ਜ਼ਿਆਦਾ ਜਾਣਕਾਰੀ ਨਹੀਂ ਹੈ, ਜਿੱਦਾਂ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਅੱਚਾ ਡਿੱਕੀ ਨਵੀਂ ਪੰਚਾਇਤ ਹੋਣ ਦੇ ਵਿੱਚ ਆਈ ਹੈ, ਤਾਂ ਮੇਨ ਕਾਰਨ ਜਿਹੜਾ ਰਿਹਾ ਉਹਦੀ ਵਾਰਡਬੰਦੀ ਦੀ ਨੋਟੀਫਿਕੇਸ਼ਨ ਨਹੀਂ ਹੋ ਸਕੀ, ਉਹ ਨੋਟੀਫਿਕੇਸ਼ਨ ਕਿਉਂ ਨਹੀਂ ਹੋ ਸਕੀ ਇਸ ਕਾਰਨ ਮੈਨੂੰ ਨਹੀਂ ਪਤਾ, ਇਹ ਕਾਰਨ ਦਾ ਪਤਾ ਮੈਂ DC ਸਾਹਿਬ ਨੂੰ ਡਿਊਟੀ ਲਗਾਈ ਹੈ ਤਾਂ ਪਤਾ ਕਰੋ ਕਿ ਕਮੀ ਅਫਸਰਾਂ 'ਚ ਕਿਤੇ ਕਮੀ ਰਹਿ ਗਈ ਹੈ, ਜੇ ਕਿਸੇ ਕੋਲ ਕਮੀ ਰਹੀ ਹੈ ਤਾਂ ਉਹਦਾ ਦੇਖੋ ਉਹਦੇ ਤੋਂ ਜਵਾਬ ਤਲਬੀ ਕੀਤੀ ਜਾਵੇ, ਔਰ ਜਿਹੜਾ ਹੁਣ ਇਲੈਕਸ਼ਨ ਹੈ ਇਹ ਨੋਟੀਫਿਕੇਸ਼ਨ ਜਦੋਂ ਵਾਰਡਬੰਦੀ ਦੀ ਹੋਊਗੀ ਇਹ ਹੋਣੀ ਹੈ, ਇਲੈਕਸ਼ਨ ਤੋਂ ਬਾਅਦ ਜਦੋਂ ਚੋਣ ਜਾਬਤਾ ਹਟੇਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ ਪੰਚਾਇਤ ਡਿਪਾਰਟਮੈਂਟ ਉਹਦੀ ਨੋਟੀਫਿਕੇਸ਼ਨ ਕਰੂਗਾ, ਔਰ ਉਸ ਤੋਂ ਬਾਅਦ ਫਿਰ ਇਸ ਪਿੰਡ ਦੋਨਾਂ ਪਿੰਡਾਂ ਦਾ ਜਿਹੜਾ ਇਲੈਕਸ਼ਨ ਉਹ ਪ੍ਰੋਸੈਸ 'ਚ ਜਾਊਗਾ। ਮੈਂ ਤੁਹਾਨੂੰ ਕਿਹਾ ਨਾ ਮੈਂ DC ਸਾਹਿਬ ਦੀ ਡਿਊਟੀ ਲਗਾਈ ਹੈ, ਕੀ ਕਾਰਨ ਹੈ ਇਹਦੇ, ਉਹ ਕਾਰਨਾਂ ਦਾ ਪਤਾ ਲਗਾਇਆ ਜਾਏ, ਕਿਹੜੇ ਅਫਸਰਾਂ ਦੀ ਕੋਈ ਡਿਊਟੀ ਬਣਦੀ ਸੀ ਜਿਹਨਾਂ ਨੇ ਡਿਊਟੀ ਨਹੀਂ ਨਿਭਾਈ ਉਹਨਾਂ ਦੀ ਜਵਾਬ ਤਲਬੀ ਵੀ ਕੀਤੀ ਜਾਵੇ। ਇੱਕ ਵਾਰਡਬੰਦੀ ਦਾ ਨੋਟੀਫਿਕੇਸ਼ਨ ਆਉਣਾ ਹੁੰਦਾ, ਉਹ ਵਾਰਡਬੰਦੀ ਦਾ ਨੋਟੀਫਿਕੇਸ਼ਨ ਨਹੀਂ ਹੋ ਸਕਿਆ, ਜੇ ਉਹ ਨੋਟੀਫਿਕੇਸ਼ਨ ਹੋਊਗਾ ਤਾਂ 30 ਦਿਨ ਦੇ ਵਿੱਚ ਜਿੱਦਾਂ ਸਾਨੂੰ DDP ਸਾਹਿਬ ਨੇ ਦੱਸਿਆ ਹੈ ਕਿ 30 ਦਿਨ ਦਾ ਇੱਕ ਇਤਰਾਜ਼ ਲੈਣੇ ਹੁੰਦੇ ਨੇ ਕਿ ਵਾਰਡਬੰਦੀ ਦੇ ਵਿੱਚ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਇਤਰਾਜ਼ ਹੈ ਤੂੰ ਆਪਦਾ ਇਤਰਾਜ਼ ਦੇ ਸਕਦਾ, ਔਰ 30 ਦਿਨ ਦੇ ਬਾਅਦ ਉਹ ਜਿਹੜੀ ਵਾਰਡਬੰਦੀ ਉਹ ਜਿਹੜਾ ਉਹਦਾ ਪ੍ਰੋਸੈਸ ਪੂਰਾ ਹੋਣਾ ਹੁੰਦਾ, ਉਹ ਟਾਈਮ ਜਿਹੜਾ ਵਿੱਚ ਜਿੱਦਾਂ ਕਿ ਹੁਣ ਤਾਂ ਇਲੈਕਸ਼ਨ ਦੇ ਵਿੱਚ ਹੀ ਆਪਣਾ 18-19 ਦਿਨ ਰਹਿ ਗਏ ਨੇ, ਅਤੇ 30 ਦਿਨ ਦਾ ਜਿਹੜਾ ਟਾਈਮ ਹੈ ਉਹ ਵਿੱਚ ਜ਼ਰੂਰੀ ਹੈ ਨੋਟੀਫਿਕੇਸ਼ਨ ਤੋਂ ਬਾਅਦ, ਤਾਂ ਉਹ ਜਿਹੜੀ ਵਿੱਚ ਪ੍ਰੋਬਲਮ ਆ ਰਹੀ। ਹੁਣ ਕਦੋਂ ਹੋਣਗੇ ਇਹ ਇਲੈਕਸ਼ਨ ਜਿਹੜਾ? ਇਸ ਤੋਂ ਬਾਅਦ ਜਲਦੀ ਜਿਹੜਾ ਮੈਂ ਗੱਲ ਕੀਤੀ ਹੈ DC ਸਾਹਿਬ ਨਾਲ, ਚੋਣ ਜਾਬਤਾ ਹਟਣ ਤੋਂ ਬਾਅਦ ਜਿਹੜੀ ਵਾਰਡਬੰਦੀ ਦੀ ਨੋਟੀਫਿਕੇਸ਼ਨ ਕਰਾਈ ਜਾਵੇ, ਉਸ ਤੋਂ ਬਾਅਦ ਜਲਦੀ ਜਿਹੜੇ ਇਤਰਾਜ਼ 30 ਦਿਨਾਂ ਦਾ ਸਮਾਂ ਹੁੰਦਾ ਇਤਰਾਜ਼ ਲਏ ਜਾਣ, ਔਰ ਇਤਰਾਜ਼ ਲੈਣ ਤੋਂ ਬਾਅਦ ਜਿਹੜਾ ਇਸ ਇਲੈਕਸ਼ਨ ਨੂੰ ਜਿਹੜਾ ਇਹਨਾਂ ਦੋਨਾਂ ਪਿੰਡਾਂ ਦਾ ਇਲੈਕਸ਼ਨ ਹੈ ਉਹਨੂੰ ਪ੍ਰੋਸੈਸ ਦੇ ਵਿੱਚ ਲਿਆਂਦਾ ਜਾਵੇ। ਇਹ ਸਮੱਸਿਆ ਜੀ ਰਾਜ ਤਿਲਕ ਜੀ ਨੇ ਤੁਹਾਨੂੰ ਵਿਸਤਾਰ ਨਾਲ ਦੱਸ ਦਿੱਤਾ ਹੈ ਕਿ ਜਿਹੜਾ ਹੁਣ ਇਲੈਕਸ਼ਨ ਹੋਣ ਜਾ ਰਹੇ ਨੇ ਪੰਚਾਇਤਾਂ ਦੇ, ਇਸ ਸੰਬੰਧ ਵਿੱਚ ਸਾਡੇ ਪਿੰਡ ਲਾਧੂਕਾ ਦੇ ਵਿੱਚ ਇੱਕ ਬਹੁਤ ਹੀ ਜਿਹੜੀ ਕਿ ਵੱਡੀ ਵਾਰਦਾਤ ਗਿਣ ਲਓ ਜਾਂ ਕੁਝ ਵੀ ਹੋਵੇ, ਕਿ ਇੰਨੀ ਵੱਡੀ ਤਿਆਰੀ ਦੇ ਵਿੱਚ ਲੋਕਾਂ ਨੇ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਰੋਕ ਲਗਾਈ ਗਈ ਹੈ ਇਲੈਕਸ਼ਨ ਸੰਬੰਧੀ, ਉਹਦਾ ਕਾਰਨ ਇਹ ਹੈ ਵੀ ਸਾਡੇ ਪਿੰਡ ਦੇ ਵਿੱਚੋਂ ਇੱਕ ਢਾਣੀ ਅੱਚਾ ਡਿੱਕੀ ਜੋ ਕਿ ਉਹ ਵੱਖਰਾ ਪਿੰਡ ਬਣਿਆ ਹੈ, ਤਾਂ ਉਹਦੀ ਇੱਕ ਪੰਚਾਇਤ 2018 ਦੇ ਵਿੱਚ ਵੱਖਰੀ ਕੀਤੀ ਗਈ ਸੀ, ਪਰ ਉਹਨਾਂ ਦੀ ਜਿਹੜੀ ਉਹਨਾਂ ਨੇ ਜਿਹੜੀ ਵੋਟ ਬੰਦੀ ਅੱਡ ਕਰਨ ਵਾਸਤੇ ਵਾਰਡਬੰਦੀ ਜਿਹੜੀ ਹੁੰਦੀ ਹੈ, ਤਾਂ ਉਹਦੀ ਉਹਨਾਂ ਨੇ ਕੋਈ ਵੱਖਰਾ ਪ੍ਰੋਜੈਕਟ ਨਹੀਂ ਤਿਆਰ ਕੀਤਾ, ਜਿਸ ਦੇ ਕਾਰਨ ਮੌਕੇ 'ਤੇ ਆਉਣ 'ਤੇ ਉਹਨਾਂ ਨੇ ਜਿਹੜਾ ਨਾ ਇਹ ਰੋਕ ਲਾ ਦਿੱਤੀ ਹੈ ਕਿ ਉਹਦੀ ਜਿਹੜੀ ਹੈ ਨਾ ਵਾਰਡਬੰਦੀ ਨਹੀਂ ਹੋ ਸਕੀ, ਅਤੇ ਵਾਰਡਬੰਦੀ ਦੇ ਕਾਰਨ ਜਿਹੜਾ ਨਾ ਇਲੈਕਸ਼ਨ ਰੱਦ ਕੀਤਾ ਜਾਂਦਾ ਹੈ।
ਤੇ ਨਾ ਹੀ ਕੋਈ ਇਹ ਅਨਮਿੱਥਿਆ ਸਮਾਂ ਦਿੱਤਾ ਗਿਆ ਤੇ ਨਾ ਹੀ ਕੋਈ ਇਹਦੇ ਤੇ ਕੋਈ ਇਹਨਾਂ ਨੇ ਟਾਈਮ ਬੌਂਡ ਸਾਨੂੰ ਦਿੱਤਾ ਹੈ ਕਿ ਬਈ ਇੰਨੇ ਚਿਰ ਤੋਂ ਬਾਅਦ ਅਸੀਂ ਕਰਾਵਾਂਗੇ। ਸੋ ਅਸੀਂ ਇਹ ਹੀ ਬੇਨਤੀ ਲੈ ਕੇ ਆਏ ਹਾਂ ਕਿ ਪਿੰਡ ਲਾਧੂਕਾ ਦਾ ਜਿਹੜਾ ਇਲੈਕਸ਼ਨ ਹੈ ਉਹ ਜ਼ਰੂਰ ਕਰਾਇਆ ਜਾਵੇ ਕਿਉਂਕਿ ਆਬਾਦੀ ਇਹਦੇ ਵਿੱਚ ਬਹੁਤ ਵੱਡੀ ਹੈ ਤਾਂ ਪੰਚਾਇਤ ਤੋਂ ਬਗੈਰ ਨਹੀਂ ਸਰਦਾ। ਸੋ ਬੇਨਤੀ ਲੈ ਕੇ ਆਇਆ ਅਸੀਂ ਤਾਂ ਇਹ ਇਸ਼ੂ ਤਾਂ ਹੁਣ ਮੌਕੇ ਤੇ ਬਣਿਆ ਜੀ। ਹਾਂਜੀ ਆ ਦੋ ਤਿੰਨ ਦਿਨਾਂ ਦੇ ਵਿੱਚ ਬਣਿਆ ਸੀ, ਕੱਲ ਜ਼ਿਆਦਾ ਪਤਾ ਕੱਲ 6 ਵਜੇ ਲੱਗਿਆ। ਹਾਂਜੀ ਤੇ ਬਾਕੀ ਅੱਜ ਅਸੀਂ ਤਾਂ ਮੰਤਰੀ ਸਾਹਿਬ ਜੀ ਕੋਲੋਂ ਆਏ ਹਾਂ ਪਰ ਇਹਨਾਂ ਦਾ ਸੰਯੋਗ ਲੈਂਦੇ ਹਾਂ ਔਰ ਡੀਸੀ ਸਾਹਿਬ ਕੋਲੋਂ ਵੀ ਪੱਤਰ ਲੈ ਕੇ ਜਾਵਾਂਗੇ ਤੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਸਾਡੇ ਪਿੰਡ ਦਾ ਇਲੈਕਸ਼ਨ ਕਰਾਇਆ ਜਾਵੇ। ਕਮੀ ਸਿਰਫ ਪ੍ਰਸ਼ਾਸਨ ਦੇ ਵਿੱਚ, ਪ੍ਰਸ਼ਾਸਨ ਨੇ ਜਿਹੜਾ ਨਾ ਇਹ ਲੇਟ ਕੀਤਾ ਕਿਉਂਕਿ 2018 ਤੋਂ ਪੰਚਾਇਤ ਵੱਖਰੀ ਹੋ ਗਈ ਹੈ ਤੇ ਉਸ ਤੋਂ ਬਾਅਦ ਵਾਰਡਬੰਦੀ ਨਹੀਂ ਕੀਤੀ ਗਈ, ਪ੍ਰਸ਼ਾਸਨ ਨੇ ਇਨਕੁਆਇਰੀ ਕੀਤੀ। ਹਾਂਜੀ ਇਹ ਬੇਨਤੀ ਲੈ ਕੇ ਆਏ ਹਾਂ ਤੇ ਸਾਡਾ ਜਿਹੜਾ ਇਲੈਕਸ਼ਨ ਹੈ ਉਹ ਕਰਾਇਆ ਜਾਵੇ ਪਿੰਡ ਲਾਧੂਕਾ ਦੇ ਵਿੱਚ, ਸਾਡੀ ਪਰ ਜ਼ੋਰ ਇਹ ਮੰਗ ਹੈ। ਹਾਂਜੀ ਪੰਚਾਇਤ ਤੋਂ ਬਗੈਰ ਸਾਡਾ ਨਹੀਂ ਸਰਦਾ। ਫਿਰ ਪਿੰਡ ਦਾ ਮਾੜਾ ਹੀ ਪ੍ਰਭਾਵ ਪਵੇਗਾ, ਕਾਰੋਬਾਰ ਰੁਕਣਗੇ। ਹਾਂਜੀ ਪਬਲਿਕ ਔਖੀ ਹੋਵੇਗੀ, ਹਾਂ ਸਾਰੇ ਕਾਰੋਬਾਰ ਜੋ ਹੀ ਹਨ ਪਿੰਡ ਦੇ ਤੇ ਸਾਡੇ ਪਿੰਡ ਦੇ ਵਿੱਚ ਆਬਾਦੀ ਬਹੁਤ ਜ਼ਿਆਦਾ ਹੈ ਜਿਹੜਾ ਕਿ ਬਾਰਡਰ ਦੇ ਲਾਗੇ ਸਾਡਾ ਪਿੰਡ ਹੈ ਤੇ ਤਾਰਾ ਤੋਂ ਪਾਰ ਜੋ ਜਾਂਦੇ ਨੇ ਲੋਕ ਉਹਦੇ ਵਿੱਚ ਪੰਚਾਇਤਾਂ ਦਾ ਜਿਹੜਾ ਨਾ ਰੋਲ ਹੁੰਦਾ ਹੈ, ਪਰਚੀ ਵਗੈਰਾ ਬਣਾ ਕੇ ਦੇਣੀ। ਸੋ ਇਸ ਸਮੱਸਿਆ ਨੂੰ ਅਸੀਂ ਲੈ ਕੇ ਅੱਜ ਹਾਜ਼ਰ ਹੋਇਆ ਕਿ ਸਾਡਾ ਇਹ ਇਲੈਕਸ਼ਨ ਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ। ਸਰ ਸਮੱਸਿਆ ਜਿਹੜੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਹੈ, ਸਾਡੇ ਨਾਲ ਲੱਗਦਾ ਇੱਕ ਪਿੰਡ ਅਚੜ ਕੇ ਜਿਹੜਾ ਕਾਫੀ ਲੰਬੇ ਸਮੇਂ ਤੋਂ ਲਾਧੂਕਾ ਦੇ ਨਾਲ ਹੀ ਅਟੈਚ ਸੀ ਜੀ, ਤਾਂ ਉਸ ਅਚੜਕੀ ਦੀ ਇਹ ਮੰਗ ਸੀ ਵੀ ਪੰਚਾਇਤ ਨੂੰ ਅਲੱਗ ਦਿੱਤੀ ਜਾਏ, ਤਾਂ ਉਹਨਾਂ ਨੇ ਮਾਨਯੋਗ ਹਾਈ ਕੋਰਟ ਦੇ ਅਧੀਨ ਪਟੀਸ਼ਨ ਪਾਈ ਔਰ ਮੰਗ ਕੀਤੀ ਔਰ ਹਾਈ ਕੋਰਟ ਨੇ ਇਸ ਚੀਜ਼ ਦੀ ਪ੍ਰਵਾਨਗੀ ਵੀ ਦਿੱਤੀ ਔਰ ਇਹ ਲਗਭਗ 10-12 ਸਾਲਾਂ ਤੋਂ ਪ੍ਰੋਸੈਸ ਚੱਲ ਰਿਹਾ ਸੀ, ਤਾਂ ਇੱਕ ਸਾਲ ਬੀਤਣ ਤੋਂ ਬਾਅਦ ਇਸੇ ਪਿਛਲੇ ਸਾਲ ਦੇ ਵਿੱਚ ਵੀ ਜਿਹੜਾ ਇਹ ਅਚੜਕੀ ਵਾਲੇ ਲੋਕਾਂ ਨੇ ਇਸ ਗੱਲ ਦੀ ਕਾਫੀ ਪੜਤਾਲ ਕੀਤੀ ਤੇ ਪੜਤਾਲ ਹੋਣ ਤੋਂ ਬਾਅਦ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਮੁਤਾਬਕ ਵਾਰਡਬੰਦੀ ਜਿਹੜੀ ਕਰਨੀ ਉਹ ਕਾਨੂੰਨੀ ਪ੍ਰਕਿਰਿਆ ਉਹ ਖਾਸ ਕਰਕੇ SDM ਸਾਹਿਬ ਜਾਂ ਇਹਦੇ ਨਾਲ DC ਸਾਹਿਬ ਔਰ ਹੋਰ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੋਣੀ ਸੀ। ਵਾਰਡਬੰਦੀ ਦਾ ਡਾਟਾ ਵੀ ਲਿਆ ਗਿਆ ਪਰ ਡਾਟੇ ਤੋਂ ਉਪਰੰਤ ਵਾਰਡਬੰਦੀ ਜਿਹੜੀ ਹੈ ਉਹ ਚੋਣ ਕਮਿਸ਼ਨ ਦੀ ਵੈਬਸਾਈਟ 'ਤੇ ਨਾ ਪਾਉਣ ਕਾਰਨ ਜਿਹੜਾ ਹੈ ਉਹ ਆ ਇਲੈਕਸ਼ਨ ਮੌਕੇ 'ਤੇ ਆ ਕੇ ਰੱਦ ਕਰਨਾ ਪਿਆ ਔਰ ਸਾਨੂੰ ਬੜਾ ਦੁੱਖ ਲੱਗਿਆ ਇਸ ਗੱਲ ਦਾ। ਲਾਧੂਕਾ ਦੀ ਜਿਹੜੀ ਵੋਟ ਹੈ ਉਹ ਲਗਭਗ 3300 ਦੇ ਕਰੀਬ ਵੋਟ ਹੈ, ਬਾਰਡਰ ਦੇ ਨਾਲ ਲੱਗਦਾ ਨਗਰ ਹੈ ਔਰ ਤਾਰਾਂ ਤੋਂ ਪਾਰ ਵੀ ਜਿਹੜਾ ਇਹ ਬੜੀ ਵੱਡੀ ਸਮੱਸਿਆ ਹੈ ਔਰ ਸਰਕਾਰ ਤੇ ਸਾਨੂੰ ਇਸ ਗੱਲ ਦਾ ਗਿਲਾ ਵੀ ਜਦੋਂ ਸ਼ਾਸਨ ਪ੍ਰਸ਼ਾਸਨ ਜਿਹੜਾ ਫਾਜ਼ਿਲਕਾ ਦਾ ਨੁਮਾਇੰਦਗੀ ਕਰਦਾ ਹੈ ਤਾਂ ਡਿਪਟੀ ਕਮਿਸ਼ਨਰ ਇੱਕ ਆਲਾ ਅਧਿਕਾਰੀ ਹੁੰਦਾ ਹੈ ਤਾਂ ਉਹਦੇ ਧਿਆਨ ਦੇ ਵਿੱਚ ਵੀ ਇਸ ਗੱਲ ਨੂੰ ਬੜੀ ਬਰੀਕੀ ਦੇ ਨਾਲ ਲਿਆਂਦਾ ਗਿਆ ਪਰ ਉਹਨਾਂ ਨੇ ਵੀ ਇਸ ਗੱਲ ਨੂੰ ਗੌਰ ਨਾ ਕਰਦੇ ਹੋਏ ਕੱਲ੍ਹ ਲਗਭਗ 5:30 ਲਾਧੂਕਾ ਦੀ ਲਿਸਟ ਲੱਗੀ ਹੈ, ਉਹਦੇ ਨਾਲ ਨਾਲ ਹੋਰ ਨਗਰਾਂ ਦੀਆਂ ਵੀ ਲਿਸਟਾਂ ਲੱਗੀਆਂ ਹੈ ਜਿਸ ਤਰ੍ਹਾਂ ਕਾਨੂੰਨੀ ਪ੍ਰਕਿਰਿਆ ਹੈ ਔਰ 6:00 5:45 ਦੇ ਕਰੀਬ ADG ਸਾਹਿਬ ਦੀ ਜਿਹੜੀ ਉਹ ਮੇਲ ਚਲੀ ਗਈ ਔਰ ਉਹ ਮੇਲ ਜਾਣ ਤੇ ਇਹ ਪਤਾ ਲੱਗਿਆ ਵੀ ਇਲੈਕਸ਼ਨ ਲਾਧੂਕਾ ਦਾ ਜਿਹੜਾ ਨਹੀਂ ਹੋ ਸਕਦਾ ਜਦੋਂ ਤੱਕ ਝੜੀਕੀ ਦੀ ਵਾਰਡਬੰਦੀ ਅਲੱਗ ਨਹੀਂ ਕਰਾਈ ਜਾ ਸਕਦੀ। ਤਾਂ ਸਾਡੀ ਮੰਗ ਵੀ ਹੈ ਔਰ ਸਾਨੂੰ ਇਸ ਗੱਲ ਦਾ ਦੁੱਖ ਵੀ ਹੈ ਵੀ ਸ਼ਾਸਨ ਪ੍ਰਸ਼ਾਸਨ ਦੀ ਇੰਨੀ ਨਲਾਇਕੀ, ਜਦੋਂ ਹਾਈ ਕੋਰਟ ਨੇ 2018 ਦੇ ਵਿੱਚ ਤੁਹਾਨੂੰ ਡਾਇਰੈਕਸ਼ਨ ਦੇ ਦਿੱਤੀ ਵੀ ਝੜੀਕੀ ਨੂੰ ਵੱਖਰਾ ਕੀਤਾ ਜਾਏ ਤਾਂ ਵਾਰਡਬੰਦੀ ਫਿਰ ਜਿਹੜੀ ਇਹਨਾਂ ਨੇ ਕਰਨੀ ਸੀ ਕਿਉਂ ਨਹੀਂ ਕੀਤੀ ਔਰ ਵਾਰਡਬੰਦੀ ਦਾ ਜਿਹੜਾ ਪ੍ਰੋਸੀਜਰ ਹੈ ਉਹ ਵੀ ਇਹਨਾਂ ਦੇ ਟੇਬਲ 'ਤੇ ਰੁੜਦਾ ਰੁੜਦਾ ਲਗਭਗ 1 ਸਾਲ ਦਾ ਸਾਨੂੰ ਪਤਾ ਹੈ। ਤਾਂ ਕੱਲ੍ਹ 6:00 ਜਿਹੜਾ ਇੱਕ ਮੇਲ ਦੇ ਰਾਹੀਂ ਸਾਨੂੰ ਪਤਾ ਲੱਗਿਆ ਵੀ ਲਾਧੂਕਾ ਦੀ ਪੰਚਾਇਤ ਜਿਹੜੀ ਰੱਦ ਕੀਤੀ ਜਾਂਦੀ ਹੈ ਔਰ ਆਪ ਜੀ ਦਾ ਧੰਨਵਾਦ ਵੀ ਕਰਨਾ, ਤੁਸੀਂ ਸਮਾਂ ਬਖਸ਼ਿਆ
ਔਰ ਇਸ ਖਬਰ ਨੂੰ ਜਿਹੜਾ ਜਨਤਕ ਤੌਰ ਤੇ ਤੁਸੀਂ ਜਿਹੜਾ ਵੱਡੇ ਪੱਧਰ ਤੇ ਚਲਾਓ ਔਰ ਇਹਦਾ ਜਿਹੜਾ ਮੁੱਢਲਾ ਹੱਲ ਹੈ ਉਹ ਥੋੜੇ ਸਮੇਂ ਦੇ ਵਿੱਚ ਲੱਭਿਆ ਜਾਏ, ਕਿਉਂਕਿ ਨਗਰ ਬਾਰਡਰ ਦੇ ਨਾਲ ਹੈ, ਬਾਰਡਰ ਤੋਂ ਪਰਾਂ ਤਾਰ ਤੋਂ ਪਰਾਂ ਜ਼ਮੀਨਾਂ ਦਾ ਜਿਹੜਾ ਉਹ ਵੱਡਾ ਕਿਸਾਨੀ ਜਿਹੜਾ ਉਹ ਤਾਲਾ ਮੇਲਾ ਜੁੜਿਆ ਹੈ। ਤਾਂ ਇਸ ਵਾਸਤੇ ਸਾਨੂੰ ਜਿਹੜੀ ਉਹ ਪ੍ਰਕਿਰਿਆ ਦੇ ਵੀ ਸਾਨੂੰ ਜ਼ਰੂਰੀ ਬਣਦੀ ਸਾਡੀ, ਤਾਂ ਇਸ ਵਾਸਤੇ ਤੁਹਾਡੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਵੀ ਤੁਸੀਂ ਇਸ ਖਬਰ ਨੂੰ ਵੱਡੇ ਪੱਧਰ 'ਤੇ ਜਨਤਕ ਕਰੋ ਕਿ 11 ਮੈਂਬਰ ਬਣਦੇ ਔਰ 12 ਜਿਹੜਾ ਉਹ ਸਰਪੰਚ ਬਣਦਾ ਹੈ। ਤਾਂ ਲਗਭਗ ਅੱਚੜ 21 ਤੋਂ ਅੱਗੇ ਇੱਕ ਮੈਂਬਰ ਹਮੇਸ਼ਾ ਹੀ ਬਣਦਾ ਲੱਗਿਆ ਹੈ, ਕਿਉਂਕਿ ਉਹਨਾਂ ਦੀ ਵੋਟ ਜਿਹੜੀ ਹੈ ਲਗਭਗ 225 ਜਾਂ 250 ਦੇ ਕਰੀਬ ਹੈ, ਤਾਂ ਉਹਨਾਂ ਦਾ ਮੈਂਬਰ ਬਣਦਾ ਹੈ। ਲੇਕਿਨ ਥੋੜ੍ਹੀਆਂ ਜਿਹੀ ਵੋਟਾਂ ਹੋਰ ਅੱਡੇ ਦੇ ਨਾਲ ਉਹਨਾਂ ਨੇ ਲੈ ਕੇ ਅਤੇ ਜਿਹੜਾ ਉਹ ਪ੍ਰੋਸੈਸ ਕਾਨੂੰਨੀ ਪ੍ਰਕਿਰਿਆ ਉਹਨਾਂ ਨੇ ਵੀ ਪੂਰਾ ਕੀਤਾ ਹੈ। ਇਹ ਨਹੀਂ ਵੀ ਉਹਨਾਂ ਨੇ ਪੂਰਾ ਨਹੀਂ ਕੀਤਾ, ਪਰ ਇੱਥੇ ਸਰਕਾਰ ਨੂੰ ਵੀ ਕਹਿ ਸਕਦੇ ਹਾਂ ਔਰ ਸਰਕਾਰ ਦੇ ਅਧੀਨ ਆਉਂਦੇ ਜਿਹੜੇ DC ਸਾਹਿਬ ਨੇ, SDM ਸਾਹਿਬ ਨੇ, ਇਹਨਾਂ ਨੇ ਉਸ ਪ੍ਰਕਿਰਿਆ ਨੂੰ ਕਿਉਂ ਨਹੀਂ ਜਿਹੜਾ ਉਜਾਗਰ ਕੀਤਾ? ਤਾਂ ਇਹ ਤਾਂ ਮਿੰਟਾਂ 'ਚ ਕੰਮ ਹੋ ਸਕਦਾ ਸੀ, ਕੋਈ ਐਡੀ ਵੱਡੀ ਗੱਲ ਨਹੀਂ ਹੈ। ਤਾਂ ਇਸ ਵਾਸਤੇ ਸਾਡਾ ਨਗਰ ਜਿਹੜਾ ਹੈ ਇਸ ਗੱਲ 'ਤੇ ਬੜਾ ਦੁੱਖ ਮਹਿਸੂਸ ਕਰ ਰਿਹਾ ਔਰ ਮੈਨੂੰ ਵੀ ਦੁੱਖ ਹੈ। ਮੈਂ ਇਫਟੋ ਮਿਸਤਰੀ ਮਜ਼ਦੂਰ ਯੂਨੀਅਨ ਪੰਜਾਬ ਜਨਰਲ ਸਕੱਤਰ ਵਾਈਸ ਹੋਣ ਦੇ ਨਾਤੇ ਵੀ ਮੈਨੂੰ ਇਸ ਗੱਲ ਦਾ ਦੁੱਖ ਹੈ ਵੀ ਯਾਰ ਇਹ ਲੋਕਤੰਤਰ ਕਿੱਥੇ ਗਿਆ ਤੁਹਾਡਾ। ਤਾਂ ਇਸ ਵਾਸਤੇ ਇਸ ਮਸਲੇ ਨੂੰ ਬੜੀ ਬਰੀਕੀ ਦੇ ਨਾਲ ਲਿਆ ਜਾਏ ਔਰ ਮੈਂ ਤਾਂ ਕਹਿੰਦਾ ਤੁਸੀਂ ਇੱਕ ਹਫ਼ਤਾ ਟਾਈਮ ਲੈ ਲਓ, ਅਸੀਂ ਇਸ ਗੱਲ 'ਤੇ ਵੀ ਰਾਜ਼ੀ ਹਾਂ ਵੀ ਇੱਕ ਹਫ਼ਤਾ ਜਿਹੜਾ ਟਾਈਮ ਲੈ ਕੇ ਹਫ਼ਤਾ ਵੀ ਨਾ ਲਓ, ਇਲੈਕਸ਼ਨ ਨਾਲੇ ਹੋ ਸਕਦਾ, ਕਿਉਂਕਿ ਅਚੜਕੀ ਦੇ ਦੋ ਲਿਸਟਾਂ ਪਹਿਲਾਂ ਹੀ ਡਾਊਨਲੋਡ ਜਿਹੜੀਆਂ ਵੱਖਰੀਆਂ ਹੁੰਦੀਆਂ, ਤਾਂ ਉਹਦੇ ਨਾਲ ਇੱਕ ਅੱਧੀ ਵਾਰਡਬੰਦੀ ਹੋਰ ਕਰ ਲਓ। ਤਾਂ ਹੁਣ ਜਿਹੜਾ ਜੇ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ ਤਾਂ ਕਮ ਸੇ ਕਮ ਸ਼ਾਸਨ ਪ੍ਰਸ਼ਾਸਨ ਨੂੰ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਸੀ ਵੀ ਚਲੋ ਆਹ ਜਿਹੜਾ ਇਲੈਕਸ਼ਨ ਤੁਸੀਂ ਇਕੱਠਾ ਕਰਾ ਲਓ ਤਾਂ ਕੁਝ ਸਮੇਂ ਬਾਅਦ ਇਹਦੀ ਉਪ ਚੋਣ ਕਰਾ ਕੇ ਤਾਂ ਅਚੜਕੀ ਨੂੰ ਵੱਖਰਾ ਅਧਿਕਾਰ ਦਿੱਤਾ ਜਾ ਸਕਦਾ ਸੀ। ਕੁਛ ਨਹੀਂ, ਇਹ ਮਾਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਮੁਤਾਬਕ ਪਿਛਲੀ ਵਾਰੀ ਇਹ ਨਵੀਂ ਅਚੜਕੀ ਪੰਚਾਇਤ ਜਿਹੜੀ ਹੈ ਹੋਂਦ ਵਿੱਚ ਆਈ ਹੈ ਲਾਦੁਕਾ ਦੇ ਵਿੱਚੋਂ, ਤੇ ਉਹਦੀ ਜਿਹੜੀ ਵਾਰਡਬੰਦੀ ਨਾ ਹੋਣ ਕਰਕੇ, ਨੋਟੀਫਾਈ ਨਾ ਹੋਣ ਕਰਕੇ ਉਹਦੀ ਵੋਟਰ ਸੂਚੀਆਂ ਨਹੀਂ ਬਣੀਆਂ ਸੀਗੀਆਂ, ਜਿਸ ਕਰਕੇ ਸਾਡੀ ਲਾਦੁਕਾ ਔਰ ਅਚੜਕੀ ਪੰਚਾਇਤ ਦੀ ਚੋਣ ਜਿਹੜੀ ਆਮ ਚੋਣਾਂ ਦੀ ਬਜਾਏ ਬਾਈ ਇਲੈਕਸ਼ਨ 'ਚ ਹੋਏਗੇ, ਉਹ ਇਹਨਾਂ ਨੂੰ ਸਪਸ਼ਟ ਨਹੀਂ ਸੀਗਾ। ਇਸ ਕਰਕੇ ਸਾਰੇ ਇੱਥੋਂ ਪੁੱਛਣ ਆਏ ਸੀਗੇ, ਜਿਹੜਾ ਇਹਨਾਂ ਨੂੰ ਕਲੀਅਰ ਕੀਤਾ ਕਿ ਅੱਚੜ 21 ਕਰਕੇ ਪੰਚਾਇਤ ਪਿੰਡ ਦੇ ਲੋਕਾਂ ਕਰਕੇ ਨਹੀਂ, ਇਹ ਹਾਈਕੋਰਟ ਦੇ ਫੈਸਲੇ ਕਾਰਨ, ਕਿਉਂਕਿ ਹਾਈਕੋਰਟ ਦੇ ਫੈਸਲੇ ਮੁਤਾਬਕ ਹੀ ਅੱਚੜ 21 ਪੰਚਾਇਤ ਨਵੀਂ ਹੋਣੀ ਚਾਹੀਦੀ ਹੈ। ਇਸ ਕਰਕੇ ਲਾਦੁਕਾ ਔਰ ਅੱਚੜ 21 ਦੀ ਜਿਹੜੀ ਪੰਚਾਇਤ ਦੀ ਚੋਣ ਹੈ ਉਹ ਬਾਅਦ 'ਚੋਂ ਬਾਈ ਇਲੈਕਸ਼ਨ 'ਚ ਹੋਏਗੀ। ਰੱਦ ਕਰ ਦਿੱਤੀ ਕੀ? ਨਹੀਂ, ਰੱਦ ਨਹੀਂ ਕੀਤੀ ਹੈ, ਰੱਦ ਨਹੀਂ ਕੀਤੀ। ਇਹਦੀ ਵਾਰਡਬੰਦੀ ਦੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਹਜੇ ਨਹੀਂ ਹੋਈ ਹੈ, ਕਿਉਂਕਿ ਬਾਕੀ ਇਲੈਕਸ਼ਨ ਜਿਹੜੇ ਹੋ ਰਹੇ ਨੇ ਉਹ ਪੁਰਾਣੀ ਹੀ ਵਾਰਡਬੰਦੀ ਮੁਤਾਬਕ ਹੋ ਰਹੇ ਸਾਰੇ ਪੰਜਾਬ ਦੇ ਵਿੱਚ, ਤੇ ਜਿਨ੍ਹਾਂ ਜਿਨ੍ਹਾਂ ਪੰਚਾਇਤਾਂ ਦੇ ਨਵੀਆਂ ਹੋਣ ਚਾਹੀਆਂ ਹਾਈਕੋਰਟ ਦੇ ਡਾਇਰੈਕਸ਼ਨ ਨਾਲ, ਉਹਦੀ ਵਾਰਡਬੰਦੀ ਜਿਹੜੀ ਹੋਣੀ ਸੀਗੀ ਉਹ ਨੋਟੀਫਾਈ ਜਦੋਂ ਵਾਰਡਬੰਦੀ ਹੋ ਜਾਏਗੀ ਉਸ ਤੋਂ ਬਾਅਦ ਬਾਈ ਇਲੈਕਸ਼ਨ 'ਚ ਲੱਗ ਜਾ ਰਿਹਾ ਕਿ ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਵੀ ਜਿਹੜੀ ਇਹ ਵਾਰਡਬੰਦੀ ਨਹੀਂ ਹੋਈ, ਉਹਦੇ ਵਿੱਚ ਕਮੀ ਕੀ ਹੈ? ਮੈਂ ਇਹ ਚੀਜ਼ ਸਪਸ਼ਟ ਕਰਦਾ ਕਿ ਇਹਦੀ ਵਾਰਡਬੰਦੀ ਜਿਹੜੀ ਹੈ ਹੋ ਚੁੱਕੀ ਹੈ ਝੜਕੀ ਦੀ, ਲੇਕਿਨ ਉਹਦੀ ਨੋਟੀਫਿਕੇਸ਼ਨ ਨਹੀਂ ਹੋਈ। ਜਦੋਂ ਵੀ ਅਸੀਂ ਕੋਈ ਵਾਰਡਬੰਦੀ ਕਰਦੇ ਹਾਂ ਉਸਦੀ ਡਿਪਾਰਟਮੈਂਟ ਵੱਲੋਂ ਉਸ ਵਾਰਡਬੰਦੀ ਉੱਤੇ ਇੱਕ 30 ਦਿਨਾਂ ਦਾ ਨੋਟਿਸ ਦੇ ਕੇ ਕਲੇਮ ਓਬਜੈਕਸ਼ਨ ਲੈਣੇ ਹੁੰਦੇ ਆ, ਉਹ ਲੈ ਲਏ ਜਾਣਗੇ ਅਤੇ ਉਸ ਤੋਂ ਬਾਅਦ ਨੋਟੀਫਾਈ ਹੋ ਜਾਣਗੇ, ਫਿਰ ਇਹਨਾਂ ਦੀ ਵੋਟਰ ਸੂਚੀ ਬਣੇਗੀ ਅਤੇ ਫਿਰ ਇਹਨਾਂ ਦਾ ਇਲੈਕਸ਼ਨ। ਕਦੋਂ ਹੋਣਗੇ ਇਲੈਕਸ਼ਨ? ਇਹ ਇਹਨਾਂ ਦਾ ਜਦੋਂ ਵੀ ਸਾਡੇ ਵੱਲੋਂ ਜਿਹੜਾ ਡਿਪਾਰਟਮੈਂਟ ਵੱਲੋਂ ਇਹਦੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਜਲਦੀ ਹੀ ਕਰ ਦਿੱਤੀ ਜਾਏਗੀ ਇਹ ਇਲੈਕਸ਼ਨ ਤੋਂ ਬਾਅਦ। ਬਾਕੀ ਸਟੇਟ ਇਲੈਕਸ਼ਨ ਕਮਿਸ਼ਨ ਨੇ ਇਹ ਇਲੈਕਸ਼ਨ ਕਰਵਾਉਣੇ ਹੁੰਦੇ ਆ, ਉਹ ਬਾਕੀ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ 'ਚ ਅਜਿਹੇ ਕੇਸ ਨੇ ਉਹ ਜਿੰਨੀਆਂ ਵੀ ਰਹਿੰਦੀਆਂ ਪੰਚਾਇਤਾਂ ਜਿੰਨੇ ਦਾ ਜਾਂ ਜਿਨ੍ਹਾਂ ਦੇ 5 ਸਾਲ ਪੂਰੇ ਨਹੀਂ ਹੋਏ, ਉਹਨਾਂ ਪੰਚਾਇਤਾਂ ਜਿਨ੍ਹਾਂ ਦੇ ਹੁਣ ਇਲੈਕਸ਼ਨ ਨਹੀਂ ਹੋ ਰਹੇ ਉਹਨਾਂ ਦਾ ਸਾਰਿਆਂ ਦਾ ਇਕੱਠਾ ਬਾਈ ਇਲੈਕਸ਼ਨ ਜਿਹੜਾ 6 ਮਹੀਨੇ ਦੇ ਅੰਦਰ ਅੰਦਰ ਸਟੇਟ ਇਲੈਕਸ਼ਨ ਕਮਿਸ਼ਨ। ਸਾਡੇ ਇੱਥੇ ਫਾਜ਼ਿਲਕਾ ਜ਼ਿਲ੍ਹੇ 'ਚ ਸਿਰਫ ਇਹ 2 ਹੀ ਪੰਚਾਇਤਾਂ ਨੇ, ਉਹ ਵੀ ਅੱਚੜ 21 ਨਵੀਂ ਬਣਨ ਕਰਕੇ। ਜ਼ਿਲ੍ਹੇ ਦੀਆਂ ਪਹਿਲੇ 434 ਪੰਚਾਇਤਾਂ ਸੀ, ਅੱਚੜ 21 ਬਣਨ ਕਰਕੇ 435 ਹੋ ਗਈਆਂ, ਅਤੇ 435 ਦੇ ਵਿੱਚੋਂ 2 ਪੰਚਾਇਤਾਂ ਦੇ ਇਲੈਕਸ਼ਨ ਜਿਹੜੇ ਆ
ਉਹ ਫਿਲਹਾਲ ਹਜੇ ਨਹੀਂ ਹੋਣਗੇ ਵਾਰਡ ਬੰਦੀ ਦੇ ਨਾ ਹੋਣ ਕਾਰਨ। ਸਮੱਸਿਆ ਇਹ ਜੀ ਵੀ ਅਸੀਂ ਜਿੰਨੇ ਵੀ ਸਾਰੇ ਜਨਤਾ ਆਈ ਹੈ ਪਿੰਡ ਲਾਧੂਕਾ ਤੋਂ ਆਈ ਹੈ, ਇੱਕ ਛੋਟਾ ਜਿਹਾ ਸੰਦੇਸ਼ਾ ਲਾਇਆ ਸੀਗਾ, ਪਤਾ ਲੱਗਿਆ ਕਿ ਅਸੀਂ ਤਾਂ ਲਾਧੂਕਾ ਪਿੰਡ ਵਾਲੇ ਜਿਹੜੀਆਂ ਕਿ ਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਪੰਜਾਬ ਵਿੱਚ, ਹਾਲਾਂਕਿ ਪਹਿਲਾਂ ਲੇਟ ਨੇ ਪਰ ਫਿਰ ਵੀ ਚਲੋ ਅਸੀਂ ਮੰਨਿਆ ਵੀ ਇਲੈਕਸ਼ਨ ਹੋਣ ਜਾ ਰਿਹਾ, ਤਾਂ ਸਾਡੇ ਪਿੰਡ ਵਾਲਿਆਂ ਨੇ ਵੀ ਦੂਜੇ ਪਿੰਡਾਂ ਦੇ ਵਾਂਗ ਇਲੈਕਸ਼ਨ ਦੀ ਤਿਆਰੀ ਕੀਤੀ ਹੈ। ਸੋ ਅੱਜ ਨੋਮੀਨੇਸ਼ਨ ਹੋਣੇ ਸੀ ਅਤੇ ਨੋਮੀਨੇਸ਼ਨ ਵਾਸਤੇ ਕੱਲ੍ਹ ਅਸੀਂ ਆਪਦੇ ਜਿਹੜੇ ਹੈਗੇ ਕੋਈ ਡਾਕੂਮੈਂਟਸ ਵਗੈਰਾ ਤਿਆਰ ਕਰ ਰਹੇ ਸੀ, ਸਾਨੂੰ ਬੀ ਡੀ ਓ ਦਫ਼ਤਰ ਵੀ ਪਤਾ ਲੱਗਿਆ ਵੀ ਠੀਕ ਹੈ ਜੀ ਸਾਰਾ ਪ੍ਰੋਸੈਸ ਜਿਹੜਾ ਲਾਧੂਕਾ ਦਾ ਉਹ ਐਜ ਇਟ ਇਜ਼ ਚੱਲ ਰਿਹਾ ਜਿਵੇਂ ਕਿ ਦੂਸਰੇ ਪਿੰਡਾਂ ਦਾ ਚੱਲ ਰਿਹਾ, ਤਾਂ ਸਾਨੂੰ ਰਾਤ ਨੂੰ ਕੋਈ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਤੁਹਾਡੇ ਲਾਧੂਕਾ ਪਿੰਡ ਦਾ ਜਿਹੜਾ ਹੈ ਉਹ ਇਲੈਕਸ਼ਨ ਰੱਦ ਕੀਤਾ ਜਾਂਦਾ ਹੈ ਔਰ ਅਣਮਿੱਥੇ ਸਮੇਂ ਲਈ, ਕੋਈ ਟਾਈਮ ਬਾਉਂਡ ਨਹੀਂ। ਸੋ ਅਸੀਂ ਇਹ ਫਰਿਆਦ ਲੈ ਕੇ ਅੱਜ ਸਾਡੇ ਹਲਕਾ ਵਿਧਾਇਕ ਨਰਿੰਦਰ ਸਿੰਘ ਸਮਣਾ ਜੀ MLA ਫਾਜ਼ਿਲਕਾ ਕੋਲ ਵੀ ਆਏ ਹਾਂ ਔਰ DC ਸਾਹਿਬ ਨਾਲ ਵੀ ਅਸੀਂ ਮਿਲਣ ਦੀ ਕੋਸ਼ਿਸ਼ ਕਰਨੀ ਹੈ ਕਿ ਲਾਧੂਕਾ ਪਿੰਡ ਦੇ ਵਿੱਚੋਂ ਇੱਕ ਨਵਾਂ ਪਿੰਡ ਬਣਾਉਣਾ ਸੀਗਾ ਅਚੜਿੱਕੀ ਜਿਹਨੂੰ ਨਾਂ ਦਿੱਤਾ ਗਿਆ। 2018 ਦੇ ਵਿੱਚ ਕੋਰਟ ਦੇ ਥਰੂ ਉਹ ਪਿੰਡ ਦੀ ਵੰਡ ਹੋ ਗਈ ਹੈ, ਤਾਂ 2018 ਤੋਂ ਬਾਅਦ ਅਪ ਟੂ ਕੋਈ ਲਗਭਗ 5 ਸਾਲ ਦਾ ਸਮਾਂ ਕਿ 6 ਸਾਲ ਦਾ ਸਮਾਂ ਬੀਤ ਗਿਆ ਹੈ। ਤਾਂ ਸਾਨੂੰ ਇਹ ਪਤਾ ਲੱਗਿਆ ਆ ਕੁਛ ਮੋਬਾਈਲਾਂ ਦੇ ਵਿੱਚ ਲਿਸਟਾਂ ਵੀ ਆਈਆਂ ਕਿ ਨਵੇਂ ਪਿੰਡ ਅਚੜਿੱਕੀ ਦੀ ਅਤੇ ਲਾਧੂਕਾ ਪਿੰਡ ਦੀ ਜਿਹੜੀ ਹੈ ਉਹ ਵਾਰਡ ਬੰਦੀ ਨਹੀਂ ਹੋਈ, ਵਾਰਡ ਬੰਦੀ ਨਾ ਹੋਣ ਦੇ ਕਾਰਨ ਅਸੀਂ ਤੁਹਾਡਾ ਇਲੈਕਸ਼ਨ ਜਿਹੜਾ ਉਹ ਰੱਦ ਕਰ ਰਹੇ ਹਾਂ। ਅਸੀਂ ਇਹ ਪ੍ਰਸ਼ਾਸਨ ਨੂੰ ਪੁੱਛਦੇ ਹਾਂ ਕਿ ਕੋਰਟ ਨੇ 2018 'ਚ ਫੈਸਲਾ ਦੇ ਦਿੱਤਾ ਵੀ ਅਚੜਿੱਕੀ ਪਿੰਡ ਨਵਾਂ ਬਣ ਗਿਆ ਅਤੇ 5 ਕਿ 6 ਸਾਲਾਂ ਦਾ ਸਮਾਂ ਸੀ ਜਿਹੜਾ ਕੋਈ ਹਫ਼ਤੇ ਕੁ ਦਾ ਕੰਮ ਹੁੰਦਾ ਹੈ ਵਾਰਡ ਬੰਦੀ ਕਰਨੀ, ਜੇ ਉੱਧਰ ਕੋਈ 2 ਵਾਰਡਾਂ ਬਣਨੀਆਂ 3 ਵਾਰਡਾਂ ਬਣਨੀਆਂ ਅਤੇ ਲਾਧੂਕਾ ਦੀ ਵੀ ਵਾਰਡ ਬੰਦੀ ਨਵੀਂ ਬਣਨੀ ਸੀ, ਅਤੇ 5 ਤੋਂ 6 ਸਾਲਾਂ ਦੇ ਟਾਈਮ ਪੀਰੀਅਡ ਦੇ ਪ੍ਰਸ਼ਾਸਨ ਦੀ ਇਹ ਨਲਾਇਕੀ ਹੈ। ਜਿਹੜੇ ਇਸ ਤੋਂ ਪਹਿਲਾਂ DC ਰਹਿ ਕੇ ਚੁੱਕੇ ਗਏ ਨੇ ਉਹਨਾਂ ਨੂੰ ਵੀ ਨਵੇਂ ਪਿੰਡ ਵਾਲਿਆਂ ਨੇ ਕਾਫੀ ਵਾਰ ਮਿਲਣ ਦੀ ਕੋਸ਼ਿਸ਼ ਕੀਤੀ, ਮਿਲੇ ਵੀ ਹੈ, ਤਾਂ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਅਸੀਂ ਜਦੋਂ ਵੀ ਨੋਟੀਫਿਕੇਸ਼ਨ ਆਏਗਾ ਅਸੀਂ ਵਾਰਡ ਬੰਦੀ ਕਰਕੇ ਤੁਹਾਡੇ ਪਿੰਡ ਦਾ ਇਲੈਕਸ਼ਨ ਕਰਾ ਦੇਵਾਂਗੇ। ਪਰ ਪ੍ਰਸ਼ਾਸਨ ਦੀ ਨਲਾਇਕੀ ਦੇ ਕਾਰਨ ਜਿਹੜਾ ਅੱਜ ਸਾਨੂੰ ਲਾਧੂਕਾ ਪਿੰਡ ਜਿਹੜਾ ਕਿ ਪੂਰੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਾਣਿਆ ਪਛਾਣਿਆ, ਸਨ 47 ਤੋਂ ਪਹਿਲਾਂ ਹੀ ਇਸ ਪਿੰਡ ਦੇ ਇਲੈਕਸ਼ਨ ਹੁੰਦੇ ਸੀ, ਅੱਜ ਆਜ਼ਾਦੀ ਕੀ ਹੈ ਕਿ ਸਾਡੇ ਪਿੰਡ ਲਾਧੂਕਾ ਦਾ ਇਲੈਕਸ਼ਨ ਜਿਹੜਾ ਉਹ ਰੱਦ ਕੀਤਾ ਜਾ ਰਿਹਾ। ਸੋ ਗੱਲ ਹੈ ਅਸੀਂ ਪ੍ਰਸ਼ਾਸਨ ਕੋਲ ਇੱਕ ਵਾਰੀ ਤਾਂ ਬੇਨਤੀ ਲੈ ਕੇ ਆਏ ਹਾਂ, ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਦਾ ਇਲੈਕਸ਼ਨ ਜਿਹੜਾ ਉਹ ਰੱਦ ਨਾ ਕਰਾਇਆ ਜਾਵੇ, DC ਸਾਹਿਬ ਨੂੰ ਜਾਂ ਇਸ ਤੋਂ ਉੱਪਲੇ ਪ੍ਰਸ਼ਾਸਨ ਨਾਲ ਉਹ ਗੱਲਬਾਤ ਕਰਕੇ ਸਾਡੇ ਲਾਧੂਕਾ ਦਾ ਇਲੈਕਸ਼ਨ ਕਰਾ ਕੇ ਆਹ ਜਿਹੜੀ 15 ਤਰੀਕ ਨੂੰ ਇਲੈਕਸ਼ਨ ਹੋਣਾ ਉਹ ਸਾਡਾ ਇਲੈਕਸ਼ਨ ਕਰਾਇਆ ਜਾ, ਅਸੀਂ ਇਹ ਅੱਜ ਮੰਗ ਲੈ ਕੇ ਆਏ ਹਾਂ। ਪਰ ਸਾਡੇ ਪਿੰਡ ਦੇ ਵਿੱਚ ਸਾਰੇ ਦੇ ਵਿੱਚ ਇਸ ਗੱਲ ਦੀ ਬੜੀ ਨਮੋਸ਼ੀ ਹੈ, ਹੈਰਾਨੀ ਹੈ ਕਿ ਜਦੋਂ ਅਸੀਂ ਸਾਰੀਆਂ ਤਿਆਰੀ ਕਰਨ ਲੱਗੇ ਤਾਂ ਸਾਨੂੰ ਸੰਦੇਸ਼ਾ ਮਿਲਿਆ ਕਿ ਤੁਹਾਡੇ ਪਿੰਡ ਦਾ ਇਲੈਕਸ਼ਨ ਜਿਹੜਾ ਉਹ ਨਹੀਂ ਹੋਣਾ। ਇਹ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਰੋਕ ਲਗਾਈ ਹੈ ਵੀ ਇਹ ਇਸ ਪਿੰਡ ਦੀ ਅਸੀਂ ਵਾਰਡ ਬੰਦੀ ਨਹੀਂ ਕਰਾ ਸਕੇ ਅਤੇ ਅਸੀਂ ਜਿਹੜਾ ਇਲੈਕਸ਼ਨ ਨਹੀਂ ਕਰਾਉਣਾ, ਕੋਰਟ ਵੱਲੋਂ ਨਹੀਂ ਹੈ। ਇਹ ਸਰਕਾਰ ਨੂੰ ਭੇਜਿਆ ਗਿਆ, ਇਹ ਸਰਕਾਰ ਨੂੰ ਉੱਪਰ ਭੇਜਿਆ ਗਿਆ ਜੀ ADC ਦੇ ਵੱਲੋਂ, ADC ਨੇ ਅੱਗੇ DC ਨੂੰ ਭੇਜਿਆ ਹੋਣਾ, DC ਸਾਹਿਬ ਨੇ ਅੱਗੇ ਡਾਇਰੈਕਟਰ ਦਫ਼ਤਰ ਹੈੱਡਕੁਆਰਟਰ ਭੇਜਿਆ ਹੋਊਗਾ। ਹੁਣ ਤੁਸੀਂ ਇਲੈਕਸ਼ਨ ਦੀ ਮੰਗ ਕਰਦੇ? ਅਸੀਂ ਇਲੈਕਸ਼ਨ ਦੀ ਮੰਗ ਕਰਦੇ ਹਾਂ ਕਿ ਸਾਡੇ ਦੂਜੇ ਪਿੰਡਾਂ ਦੇ ਵਾਂਗ ਜਿਹੜਾ ਹੈ ਇਹਦੇ 'ਚ ਸਾਡੀਆਂ ਭਾਵਨਾਵਾਂ ਨੂੰ ਵੀ ਨਹੀਂ ਸੱਟ ਪਹੁੰਚੀ ਹੈ ਅਤੇ ਸਾਡਾ ਜਿਹੜਾ ਫੰਡਾਮੈਂਟਲ ਰਾਈਟ ਹੈ
ਵੋਟ ਦਾ ਅਧਿਕਾਰ ਦੀ ਵਰਤੋਂ ਕਰਨੀ ਸਾਡੀ ਉਸ ਚੀਜ਼ ਨੂੰ ਵੀ ਜਿਹੜੀ ਹੈਗੀ ਉਹ ਸੱਟ ਪਹੁੰਚੀ ਹੈ। ਅਸੀਂ ਕਹਿੰਦੇ ਹਾਂ ਵੀ ਸਾਡੀ ਵਾਰਡਬੰਦੀ ਜਿਹੜੀ ਹੈ ਇਹ ਜਿੰਨਾ ਛੇਤੀ ਹੋ ਸਕਦਾ ਉਹ ਕਰਾਇਆ ਜਾਏ, ਉਹ ਕਰਵਾ ਕੇ ਹੋਣੀ ਚਾਹੀਦੀ ਹੈ। ਭਾਵੇਂ ਇਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਹੋਣੇ ਨੇ, ਬਲਾਕ ਸਮਿਤੀ ਦੇ ਹੋਣੇ ਨੇ, ਘੱਟੋ ਘੱਟ ਸਾਡੇ ਪਿੰਡ ਦਾ ਜਿਹੜਾ ਇਲੈਕਸ਼ਨ ਉਹਦੇ ਨਾਲ ਦਾ ਜ਼ਰੂਰ ਕਰਾਇਆ ਜਾਵੇ। ਹੁਣ ਪ੍ਰਸ਼ਾਸਨ ਨੇ ਕਿੰਨਾ ਸਮਾਂ ਮੰਗਿਆ? ਪ੍ਰਸ਼ਾਸਨ ਨੇ ਨਾਲ ਸਾਡੇ ਹਾਲੇ ਕੋਈ ਗੱਲਬਾਤ ਨਹੀਂ ਹੋਈ ਜੀ। ਆਰਡਰਾਂ ਦੇ ਅੰਦਰ ਦੱਸਿਆ ਹੋਵੇਗਾ ਕਿੰਨਾ ਸਮਾਂ ਮੰਗਿਆ ਜੀ ਜਿਹੜਾ ਇਲੈਕਸ਼ਨ ਨਾ ਹੋਣ ਦਾ? ਸਾਨੂੰ ਤਾਂ ਸਿਰਫ ਇੱਕ ਮੈਸੇਜ ਆਇਆ ਜੀ ਫੋਨ ਦੇ ਜ਼ਰੀਏ ਕਿ ਤੁਹਾਡੇ ਪਿੰਡ ਦਾ ਇਲੈਕਸ਼ਨ ਜਿਹੜਾ ਉਹ ਨਹੀਂ ਹੋਣਾ। ਸੋ ਸਾਡੇ ਕੋਲ ਰਿਟਰਨ 'ਚ ਹਾਲੇ ਤੱਕ ਕੋਈ ਪ੍ਰੂਫ ਨਹੀਂ ਹੈ, ਪਰ ਸਾਡੇ ਨੋਮੀਨੇਸ਼ਨ ਦੇ ਬਾਰੇ ਸਾਰਾ ਕੁਝ ਰੋਕ ਲਾ ਦਿੱਤੀ ਗਈ ਵੀ ਤੁਹਾਡੇ ਇਲੈਕਸ਼ਨ ਰੱਦ ਕੀਤਾ ਜਾਵੇ।